ਯਾਰ ਇੱਕ ਦਿਨ ਦੇ ਵਿੱਚ 40 ਵਾਸਤਾ ਨਹੀਂ ਬਣ ਸਕਦੇ। ਜਦੋਂ ਮਹਾਰਾਜ ਕੰਪਨੀ ਇੱਕ ਵਾ ਉਹ ਕੰਪਨੀ ਦਾ ਫਾਸਟੈਗ ਲੱਗਿਆ ਹੋਇਆ ਵਾ, ਉਹ ਗੱਡੀ ਜਿਹੜੀ ਮਰਜ਼ੀ ਗੱਡੀ ਆ ਗਈ ਉਹ ਫਾਸਟੈਗ ਦਿੰਦਾ, ਉਹ ਪੈਸੇ ਕੱਟ ਲੈਣਾ ਜਿੱਥੇ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ। ਇੱਥੇ ਮੁਸਾਫਿਰ ਤੇ ਟੋਲ ਕਰਮੀ ਆਪਸ ਵਿੱਚ ਬਹਿਸ ਕਰਦੇ ਨਜ਼ਰ ਆਏ ਨੇ। ਪੰਗਾ ਇਸ ਗੱਲ ਦਾ ਪਿਆ ਹੈ ਕਿ ਇੱਥੇ ਆਨਲਾਈਨ ਪੇਮੈਂਟ ਨਹੀਂ ਹੁੰਦੀ ਹੈ, ਯਾਨੀ ਕਿ ਜਾਂ ਤਾਂ ਤੁਹਾਡੇ ਕੋਲ ਕੈਸ਼ ਹੋਣਾ ਚਾਹੀਦਾ ਹੈ ਜਾਂ ਫਿਰ ਤੁਹਾਡੇ ਫਾਸਟੈਗ ਦੇ ਵਿੱਚ ਅਮਾਊਂਟ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਡਾ ਟੋਲ ਟੈਕਸ ਕੱਟਿਆ ਜਾਏਗਾ, ਨਹੀਂ ਤਾਂ ਤੁਹਾਡੀ ਗੱਡੀ ਅੱਗੇ ਨਹੀਂ ਜਾਣ ਦਿੱਤੀ ਜਾਏਗੀ। ਅਜਿਹਾ ਹੀ ਇਸ ਟੋਲ ਪਲਾਜ਼ਾ ਤੇ ਵੀ ਹੋਇਆ ਹੈ ਜਿੱਥੇ ਮੁਸਾਫਿਰ ਦੇ ਕੋਲ ਨਾ ਤਾਂ ਕੈਸ਼ ਸੀ ਤੇ ਨਾ ਹੀ ਫਾਸਟੈਗ ਦੇ ਵਿੱਚ ਪੈਸੇ, ਜਿਸ ਨੂੰ ਲੈ ਕੇ ਟੋਲ ਕਰਮੀਆਂ ਨੇ ਉਸਦੀ ਗੱਡੀ ਰੋਕ ਦਿੱਤੀ, ਉਸਨੂੰ ਅੱਗੇ ਨਹੀਂ ਜਾਣ ਦਿੱਤਾ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਪੇਟੀਐਮ ਬੰਦ ਹੋ ਚੁੱਕਿਆ ਹੈ, ਜਿਸ ਕਰਕੇ ਹੁਣ ਮੁਸਾਫਿਰ ਜਿਹੜੇ ਨੇ ਉਹ ਆਨਲਾਈਨ ਟੋਲ ਟੈਕਸ ਨਹੀਂ ਪੇ ਕਰ ਸਕਦੇ। ਹਾਲਾਂਕਿ ਤੇ ਮੁਸਾਫਿਰਾਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਪਹਿਲੇ ਹੀ ਪਤਾ ਹੋਣਾ ਚਾਹੀਦਾ ਸੀ ਜਾਂ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਜਦੋਂ ਹੁਣ ਟੋਲ ਪਲਾਜ਼ਾ ਖੁੱਲ੍ਹ ਰਿਹਾ ਹੈ ਤਾਂ ਇਸ ਦੇ ਵਿੱਚ ਆਨਲਾਈਨ ਪੇਮੈਂਟ ਨਹੀਂ ਹੋਏਗੀ। ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਇੱਕ ਜਾਂ ਦੋ ਮੁਸਾਫਿਰ ਦੇ ਪਿੱਛੇ ਵੱਡਾ ਜਾਮ ਲੱਗ ਚੁੱਕਿਆ ਹੈ, ਕਈ ਗੱਡੀਆਂ ਪਿੱਛੇ ਜਾਮ 'ਚ ਖੜੀਆਂ ਨੇ, ਜਿਨ੍ਹਾਂ 'ਚ ਉੱਤਰ ਕੇ ਰਾਹਗੀਰ ਜਿਹੜੇ ਨੇ ਸੜਕ 'ਤੇ ਆ ਗਏ ਨੇ, ਇੱਕ ਤਾਂ ਹੰਗਾਮੇ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਉਹਨਾਂ ਨੂੰ ਰਾਹ ਮਿਲੇ, ਲੋਕ ਇੱਥੇ ਸ਼ਿਕਾਇਤ ਕਰ ਰਹੇ ਨੇ ਕਿ ਉਹਨਾਂ ਨੂੰ ਦੇਰੀ ਹੋ ਰਹੀ ਹੈ। ਇੱਕ ਹੋਰ ਮੁਸਾਫਿਰ ਇੱਥੇ ਸ਼ਿਕਾਇਤ ਕਰਦਾ ਨਜ਼ਰ ਆਇਆ ਹੈ ਕਿ ਇਸ ਟੋਲ ਪਲਾਜ਼ਾ ਦੇ ਉੱਤੇ ਇੱਕੋ ਹੀ ਕੰਪਨੀ ਦੀਆਂ ਗੱਡੀਆਂ ਦਾ ਇੱਕ ਫਾਸਟੈਗ ਤੋਂ ਟੈਕਸ ਨਹੀਂ ਕੱਟਿਆ ਜਾ ਰਿਹਾ, ਬਲਕਿ ਇਹ ਕਿਹਾ ਜਾ ਰਿਹਾ ਹੈ ਕਿ ਹਰ ਗੱਡੀ ਦਾ ਵੱਖਰਾ ਫਾਸਟੈਗ ਹੋਏ ਤੇ ਉਹਦੇ ਤੋਂ ਹੀ ਟੋਲ ਟੈਕਸ ਕੱਟਿਆ ਜਾਏਗਾ। ਮੁਸਾਫਿਰ ਦਾ ਕਹਿਣਾ ਹੈ ਕਿ ਇੰਨੀ ਜਲਦੀ ਉਹ ਸਾਰੇ ਫਾਸਟੈਗ ਨਹੀਂ ਬਣਵਾ ਸਕਦਾ, ਜਿਸ ਲਈ ਹੁਣ ਉਸਦੀਆਂ ਸਾਰੀਆਂ ਗੱਡੀਆਂ ਟੋਲ ਟੈਕਸ ਤੇ ਰੁਕੀਆਂ ਪਈਆਂ ਨੇ, ਜਿਸ ਕਰਕੇ ਪਿੱਛੇ ਰਾਹਗੀਰ ਵੀ ਪਰੇਸ਼ਾਨ ਹੋ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਇਹ ਸੂਚਨਾ ਦਿੱਤੀ ਜਾਣੀ ਚਾਹੀਦੀ ਸੀ ਕਿ ਇੱਕ ਫਾਸਟੈਗ ਤੇ ਇੱਕ ਗੱਡੀ ਦਾ ਟੈਕਸ ਕੱਟਿਆ ਜਾਂਦਾ ਹੈ, ਚਾਹੇ ਉਹ ਇੱਕੋ ਹੀ ਕੰਪਨੀ ਦੀਆਂ ਹੋਣ। ਤਾਂ ਇਸ ਨੂੰ ਲੈ ਕੇ ਇੱਥੇ ਕਾਫੀ ਦੇਰ ਤੱਕ ਬਹਿਸ ਹੋਈ ਹੈ, ਹੰਗਾਮਾ ਹੋਇਆ ਹੈ, ਜਿਸ ਤੋਂ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਨੂੰ ਸ਼ਾਂਤ ਕਰਵਾ ਕੇ ਫਿਰ ਇੱਥੋਂ ਜਾਮ ਹਟਾਇਆ ਗਿਆ ਤੇ ਇੱਕ ਇੱਕ ਕਰਕੇ ਵਾਹਨ ਇਸ ਟੋਲ ਪਲਾਜ਼ਾ ਤੋਂ ਲੰਘਾਏ ਗਏ ਨੇ। ਬਾਈ ਕਿੰਨੀ ਪ੍ਰੋਬਲਮ ਆ ਰਹੀ ਆ? 5000 ਦਾ ਨੁਕਸਾਨ ਹੋ ਜਾਣਾ, 5000 ਦਾ। ਅੱਛਾ, 15 ਮਿੰਟ ਦੀ ਖੜੀ ਆ, ਸਟਾਰਟ ਖੜੀ ਆ, ਗੱਡੀ ਫੇਲ ਕਰ ਰਹੀ ਆ, ਹੁਣੇ ਕੱਢੇ ਨਹੀਂ ਆਏ, ਦੱਸੋ ਹੁਣ ਕੀ ਕਰੀਏ ਜੀ? ਪੰਗਾ ਕੀ ਪਿਆ ਵਾ? ਫਾਸਟੈਗ ਆ ਜੀ, ਫਾਸਟੈਗ ਚੋਂ ਪੈਸੇ ਫਾਸਟ ਰਹੇ ਆ। ਮੰਨ ਲਓ 10 ਗੱਡੀਆਂ ਨੇ, ਇੱਕ ਫਾਸਟੈਗ ਆ ਸੀਗਾ, ਤੁਸੀਂ ਇਹਨਾਂ ਨੂੰ ਪੇਮੈਂਟ ਕੱਢੀ ਜਾਓ, ਕਹਿੰਦੇ ਕੱਲੀ ਕੱਲੀ ਗੱਡੀ ਇਕੱਲਾ ਫਾਸਟੈਗ ਲੈ ਕੇ ਆਵੇ, ਐਂ ਥੋੜੀ ਹੋਈ ਆ, ਅਸੀਂ ਪੈਸੇ ਦੇ ਰਹੇ ਹਾਂ, 20 ਮਿੰਟ ਫਾਸਟੈਗ ਕਿੱਥੋਂ ਬਣ ਜਾਣਗੇ ਦੱਸੋ ਮੈਨੂੰ, ਪਹਿਲਾਂ ਜਾਂਦਾ ਸਾਨੂੰ ਕੱਲ੍ਹ ਦੱਸ ਦੇ, ਇਮੀਡੀਏਟਲੀ ਸਾਨੂੰ ਕਹਿੰਦੇ ਇੱਦਾਂ ਕਰੋ, ਹੁਣ ਦੱਸੋ ਜੀ ਕਿੱਥੋਂ ਫਾਸਟੈਗ ਲੈ ਕੇ ਆਵੇ। ਸਾਡੇ ਕਹਿਣ ਮੁਤਾਬਕ ਕੋਈ ਇੰਟੀਮੇਸ਼ਨ ਦੇਣਾ ਚਾਹੀਦਾ ਸੀ, ਚਾਹੀਦਾ ਜੀ ਕਰਨਾ ਸਾਨੂੰ, ਹੁਣ ਜਿਆਦਾ ਹੁਣ ਮੌਕੇ ਨੇ ਫਾਟਕ ਕਿੱਥੋਂ ਲੈ ਗਏ ਜੀ ਫਾਟਕ, ਹੁਣ ਆ ਸਾਰੇ ਪ੍ਰਾਈਵੇਟ ਖੜੇ ਨੇ, ਵਰਕਰ ਖੜੇ ਆ, ਹੁਣ
ਇੱਕ 700 ਪਰ ਪ੍ਰਾਈਵੇਟ ਬੱਸ ਚੱਲਦੀ ਹੈ, ਦੱਸੋ 700 ਫਾਟਾ ਕਿੱਥੋਂ ਆ ਜੂਗਾ ਇੱਕ ਘੰਟੇ ਦੇ ਵਿੱਚ? ਪੈਸੇ ਹੈਗੇ ਨੇ, ਪੈਸੇ ਕੱਟ ਨਹੀਂ ਜਾਏ, ਕਹਿੰਦੇ ਬੰਦ ਹੋ ਗਿਆ, ਦੱਸੋ ਇਹਦਾ ਕੋਈ ਹੱਲ?